ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀ ਦੋਸਤੋ ਕਿਵੇਂ ਹੋ ਸਾਰੇ ਫਿਰ ਉਮੀਦ ਆ ਕਿ ਸਾਰੇ ਠੀਕ ਹੋ ਹੋਮੋਗੇ ਸੋ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਜੀਐਨਡੀਯੂ ਦੇ ਵਿਦਿਆਰਥੀਆਂ ਲਈ ਸਪੈਸ਼ਲ ਅਪਡੇਟ ਜੋ ਆਈ ਹੈ ਨਿਕਲ ਕੇ ਸੋ ਵੀਡੀਓ ਨੂੰ ਪੂਰਾ ਸੁਣਿਓ ਤੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੇ ਤੁਸੀਂ ਨਵੇਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਵੀਡੀਓ ਦੇਖਣ ਤੋਂ ਬਾਅਦ ਤੇ ਨਾਲ ਦਬਾ ਲਓ ਬੈਲ ਆਈਕਨ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਟਿਆਲੇ ਦੇ ਵਿੱਚ ਬਹੁਤ ਕੇਸ ਆ ਚੁੱਕੇ ਨੇ ਹਨ ਜਿਵੇਂ ਕਿ ਸਾਨੂੰ ਪਤਾ ਹੀ ਆ ਕੇਸ ਆਪਰ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੇਸ ਆਏ 100 ਤੋਂ ਉੱਪਰ ਤੇ ਪਟਿਆਲਾ ਮੈਡੀਕਲ ਕਾਲਜ ਦੇ ਵਿੱਚ ਕਿੰਨੇ ਕੇਸ ਆ ਗਏ ਸੀਗੇ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਥੋੜਾ ਜਿਹਾ ਕਰੋਨਾ ਨੇ ਆਪਣੇ ਪੈਰ ਫੈਰਨੇ ਹੋਰ ਸ਼ੁਰੂ ਕਰ ਦਿੱਤੇ ਜਿਗਰਾ ਆਪਾ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਜਿਹੜੇ ਪਿਛਲੇ ਅੰਕਲੇ ਅੰਕੜੇ ਨੇ ਉਹ ਹੈਗੇ ਨੇ ਪਟਿਆਲੇ ਵਿੱਚ 455 ਕੇਸ ਪਠਾਨਕੋਟ ਦੇ ਵਿੱਚ 290 ਕੇਸ ਲੁਧਿਆਣੇ ਦੇ ਵਿੱਚ 806 ਕੇਸ ਮੋਹਾਲੀ ਦੇ ਵਿੱਚ 687 ਕੇਸ ਜਲੰਧਰ ਦੇ ਵਿੱਚ 311 ਕੇਸ ਅੰਮ੍ਰਿਤਸਰ ਦੇ ਵਿੱਚ 242 ਕੇਸ ਬਠਿੰਡੇ ਦੇ ਵਿੱਚ 200 ਤੋਂ ਉੱਤੇ ਕੇਸ ਨੇ ਹੁਸ਼ਿਆਰਪੁਰ ਦੇ ਵਿੱਚ ਵੀ 200 ਤੋਂ ਉੱਪਰ ਨੇ ਕਪੂਰਥਲੇ ਦੇ ਵਿੱਚ 43 ਤੇ ਗੁਰਦਾਸਪੁਰ ਦੇ ਵਿੱਚ 64 ਕੇਸ ਨੇ ਕੋਵਿਡ ਦੇ ਇਸ ਨਾਲ ਜਿਹੜੀ ਪੰਜਾਬ ਦੇ ਵਿੱਚ ਥੋੜੀ ਸਨਸਨੀ ਖੇਲਣਾ ਸ਼ੁਰੂ ਹੋ ਜਾਂਦਾ ਕਰੋਨਾ ਦਾ ਕਿਉਂਕਿ ਲਗਾਤਾਰ ਉਹਦੇ ਕਿਸ ਅਗੇ ਇਸ ਤਰ੍ਹਾਂ ਵਧਣਗੇ ਤਾਂ ਪੰਜਾਬ ਨੂੰ ਇਸ ਪੰਜਾਬ ਸਰਕਾਰ ਨੂੰ ਵਾਕਈ ਸਖਤ ਗਾਈਡਲਾਈਨਸ ਨੇ ਜਾਰੀ ਕਰਨੀਆਂ ਪੈਣਗੀਆਂ 15 ਦੇ ਆਸ-ਪਾਸ ਸੋ ਇੱਕ ਅਪਡੇਟ ਜੋ ਤੁਹਾਨੂੰ ਦੇਣੀ ਸੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਿਦਿਆਰਥੀਆਂ ਵਾਸਤੇ ਉਹ ਹੁਣ ਤੁਸੀਂ ਵੀਡੀਓ ਦੇਖ ਲਓ ਆਪ ਖੁਦ ਕੀ ਕਿਹਾ ਨਵਦੀਪ ਟਕਵਾਹ ਨੇ ਉਹਨਾਂ ਦੀ ਅਗਲੀ ਰਣਨੀਤੀ ਕੀ ਹੋਊਗੀ ਸੋ ਤੁਸੀਂ ਵੀਡੀਓ ਦੇਖ ਲਓ ਸਾਥੀਆਂ ਨੂੰ ਮੇਰੇ ਵੱਲੋਂ ਨਦੀਪ ਟਕਵਾਹ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਰਥ ਸਟੂਡੈਂਟ ਸੰਘਰਸ਼ ਮੋਰਚਾ ਜਿੰਦਾਬਾਦ ਵਿਦਿਆਰਥੀਅਕਤਾ ਜਿੰਦਾਬਾਦ ਵਿਦਿਆਰਥੀ ਸਾਥਿਓ ਅੱਜ ਸਾਡੀ ਐਜੂਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਜੀ ਦੇ ਨਾਲ ਸਾਡੇ ਸਤਿਕਾਰਯੋਗ ਸਾਥੀ ਅਨਿਲ ਕੁਮਾਰ ਜੀ ਦੀ ਗੱਲ ਹੋਈ ਔਰ ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲ ਜਿਹੜੀ UGC ਦੇ ਨਾਲ ਇੱਕ ਮੁਲਾਕਾਤ ਜਿਹੜੀ ਆ ਉਹ ਮਿਨਿਸਟਰ ਸਾਹਿਬ ਕਰ ਰਹੇ ਆ UGC ਡਾਇਰੈਕਟਰ ਦੇ ਨਾਲ ਔਰ ਉਹਦੇ ਵਿੱਚ ਨੇੜਾ ਫੈਸਲਾ ਆ ਆਨਲਾਈਨ ਐਗਜ਼ਾਮੀਨੇਸ਼ਨ ਦੀ ਮੰਗ ਵੀ ਰੱਖੀ ਜਾਊਗੀ ਪਰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹ ਪੰਜਾਬ ਦਾ ਮਸਲਾ ਪੰਜਾਬ ਸਰਕਾਰੇ ਨੂੰ ਹੱਲ ਕਰ ਸਕਦੀ ਆ ਵੀ ਜਦੋਂ ਤੱਕ ਚੋਣ ਜਾਬਤਾ ਨਹੀਂ ਲੱਗਾ ਸੀਗਾ ਵੀ ਤੁਹਾਡੇ ਘਰ ਵੀ ਆਏ ਤੁਹਾਡਾ ਘਰਾਓ ਵੀ ਕੀਤਾ ਤੁਸੀਂ ਫੇਰ ਵੀ ਇਹਦਾ ਹੱਲ ਨਹੀਂ ਕੀਤਾ ਔਰ ਉਹਨਾਂ ਨੇ ਇਹ ਕਿਹਾ ਵੀ ਦੋ ਦਿਨਾਂ ਦੇ ਅੰਦਰ ਅੰਦਰ ਅਸੀਂ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਤੁਹਾਨੂੰ ਦਿੰਦੇ ਆ ਔਰ ਅਸੀਂ ਵੀ ਫਿਰ ਦੋ ਦਿਨ ਦਾ ਸਮਾਂ ਦਿੱਤਾ ਜੇਕਰ ਆਨਲਾਈਨ ਦੇ ਵਿੱਚ ਸਾਡੇ ਹੱਕ ਦੇ ਵਿੱਚ ਫੈਸਲਾ ਆਉਂਦਾ ਕੁਨਾਨ ਦੇਵ ਯੂਨੀਵਰਸਿਟੀ ਪਲੱਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਤਾਂ ਠੀਕ ਹੈ ਵੈਲਨਗੋਡਿਆ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤਾਂ ਇੱਕ ਕਰੜਾ ਫੈਸਲਾ ਲਿਆ ਕਿਉਂਕਿ ਕਰੋਨਾ ਕੇਸ ਔਰ ਸਾਥੀਓ ਇੱਕ ਗੱਲ ਆ ਵੀ ਅੱਜ ਕਰੋਨਾ ਦੇ 1,68,000 ਕੇਸ ਆਇਆ ਔਰ ਨੌ ਸਾਥੀ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਸਾਡੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਸਾਰੇ ਕਿਤੇ ਜਿਹੜਾ ਆ ਕਰੋਨਾ ਆਪਣੇ ਪੈਰ ਫਸਾਰ ਚੁੱਕਾ ਦੁਬਾਰਾ ਆ ਚੁੱਕਾ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤਾਂ 25 ਜਨਵਰੀ ਤੱਕ ਯੂਨੀਵਰਸਿਟੀ ਬੰਦ ਕਰ ਦਿੱਤੀ ਕੋਈ ਐਗਜ਼ਾਮੀਨੇਸ਼ਨ ਪੋਸਟਪੋਨ ਕਰ ਦਿੱਤੇ ਆ ਉਸੇ ਪ੍ਰਕਾਰ ਗੋਨਾਂਦੇਵ ਯੂਨੀਵਰਸਿਟੀ ਨੂੰ ਵੀ ਸਾਡੀ ਅਪੀਲ ਆ ਵੀ ਤੁਸੀਂ ਵੀ ਜਿਹੜਾ ਆ ਐਗਜ਼ਾਮੀਨੇਸ਼ਨ ਆਨਲਾਈਨ ਮੋਡ ਦੇ ਵਿੱਚ ਲਵੋ ਔਰ ਸਾਨੂੰ ਪਤਾ ਆ ਵੀ ਤੁਸੀਂ ਜਿਹੜਾ ਆ ਆਪਣੀ ਈਗੋ ਨੂੰ ਛੱਡਣਾ ਨਹੀਂ ਚਾਹੁੰਦੇ ਪਰ ਵਿਦਿਆਰਥੀ ਦੀ ਜ਼ਿੰਦਗੀ ਦਾ ਵਾਕਈ ਇੱਕ ਖਤਰਾ ਆ ਇਸ ਖਤਰੇ ਨੂੰ ਸਮਝਦੇ ਹੋਏ ਵਾਈਸ ਚਾਂਸਲਰ ਸਾਹਿਬ ਤੁਹਾਨੂੰ ਇਹ ਫੈਸਲਾ ਲੈਣਾ ਪੈਣਾ ਔਰ ਅਗਰ ਨਹੀਂ ਲੈਂਦੇ ਸੀ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਤੀ ਆ ਵੀ ਜੇਕਰ ਤੁਸੀਂ ਇਹ ਫੈਸਲਾ ਨਹੀਂ ਲੈਂਦੇ ਤਾ ਫਿਰ ਇਹਦਾ ਖਮੈਜਾ ਡਾਟਾ ਸਰਕਾਰ ਨੂੰ ਤਾਂ ਭੁਗਤਣਾ ਪੈਣਾ ਹੀ ਪੈਣਾ ਆ ਪਰ ਇਹਦਾ ਫਮੈਜਾ ਹੁਣ ਤੁਹਾਨੂੰ ਪ੍ਰੋਟੈਸਟ ਦੇ ਰੂਪ ਵਿੱਚ ਵੀ ਭੁਗਤਣਾ ਪੈ ਸਕਦਾ ਠੀਕ ਹੈ ਇਸ ਕਰਕੇ ਵਿਦਿਆਰਥੀ ਸਾਥੀਓ ਸਿਰਫ 2 ਦਿਨ ਦਾ ਸਮਾਂ ਔਰ ਲੋਹੜੀ ਤੋਂ ਬਾਅਦ ਇੱਕ ਵੱਡੇ ਪ੍ਰਟਾਸਟ ਜਿਹੜੀ ਕੋਲ ਲੱਗੂਗੀ ਤਾਂ ਫੇ ਮੇਰੇ ਵੀਰ ਪੈਣਾ ਸਾਰੇ ਜਿਹੜਾ ਆ ਵੱਡੀ ਤਰ੍ਹਾਂ ਚ ਆਉਣ ਕਿਉਂਕਿ ਦੇਖੋ ਘਰੇ ਬਹਿ ਕੇ ਇੱਕ ਸਿਰਫ ਕਹਿ ਦੇਣਾ ਆਨਲਾਈਨ ਇਗਜ਼ਾਮ ਹੋ ਜਾਣਾ ਇਦਾਂ ਨਹੀਂ ਹੋਣੇ ਇਹਦੇ ਲਈ ਸਾਨੂੰ ਸੰਘਰਸ਼ ਦੇ ਉੱਤੇ ਉਤਰਨਾ ਹੀ ਪੈਣਾ ਆ ਕਿਉਂਕਿ ਆਪਾਂ ਉਤਰੇ ਆ ਪਹਿਲਾਂ ਵੀ ਮinistr ਸਾਹਿਬ ਦਾ 2 اربਾ ਘਰ ਦਾ ਘਰਾਓ ਕੀਤਾ ਕੀਤਾ ਯੂਨੀਵਰਸਿਟੀ ਦੇ ਵਿੱਚ ਵੀ ਆਏ ਆ ਮੀਟਿੰਗਾਂ ਕੀਤੀਆਂ ਆ ਵਿਦਿਆਰਥੀਆਂ ਵਿੱਚ ਗੱਲ ਰੱਖ ਰਹੇ ਆ ਪਰ ਜੇ ਲੋੜ ਪਈ ਤਾਂ ਫਿਰ ਸੰਘਰਸ਼ ਤੇ ਉਤਰਾਂਗੇ ਇਹ ਹੀ ਗੱਲ ਕਹਿੰਦਾ ਹੋਇਆ ਆਪਜੀਤ ਤੁਰਜਾ ਜੀ ਸਾਰਿਆਂ ਨੂੰ ਜੈਪੀਮ ਜੈ ਪਹਾਰ